ਗੱਲ ਤੇ ਸੁਣ, ਗੱਲ ਸੁਣ ਮਨਜਿੰਦਰ, ਉੱਠ ਭਾਵੇਂ ਲੀਆ ਦਿਨ ਚੜ ਗਿਆ ਵਾ। ਸੁਣੇ ਤੂੰ ਆ ਗਿਆ ਯਾਰ ਮੇਰਾ ਜਿਉਣਾ ਮੋੜ, ਉਹਨੂੰ ਸੱਜਣਗੀਆਂ ਮੈਂ। ਉਹ ਕਿੱਦਾਂ ਵੈਲੀ ਆ? ਵਧੀਆ ਵਧੀਆ ਸੱਜਣਾ, ਬੜੇ ਚਿਰ ਬਾਅਦ ਗੇੜਾ ਮਾਰਿਆ ਈ। ਗੇੜਾ ਤੈਨੂੰ ਪਤਾ ਫਿਰ ਕੰਮ ਕਾਰ ਚ ਹੋ ਜਾਈਦਾ ਏ। ਹੋਰ ਕੱਲ ਦਾ ਕਬਜ਼ਾ ਲੈ ਕੇ ਤੇ ਨੰਦ ਹੀ ਆ ਗਿਆ, ਤਾਂ ਦੀ ਮਹਿਫਲ ਲਾ ਕੇ ਬੈਠਾ ਅੱਜ ਚੰਗੀ ਹੈ। ਮੈਂ ਆਖਿਆ ਮੈਨੂੰ ਲੱਗ ਗਿਆ ਪਤਾ, ਮੈਂ ਆਵਾਜ਼ ਹੀ ਜੂਏ ਦੇ ਪੈਰਾਂ ਦੀ ਆ। ਅੱਛਾ ਹੋਰ ਪਾ ਫਿਰ ਦੋ ਦੋ ਪੈਗ ਪੀਏ। ਬਣਦੇ ਆ ਬਣਦੇ ਆ, ਮੈਂ ਨਾ ਹੋਰ ਸੁਣਾ ਨੂੰ। ਹੋਰ ਕੰਮ ਚੱਲੀ ਜਾਂਦਾ, ਬਸ ਪਰਸੋਂ ਕਬਜ਼ਾ ਲੈਣਾ ਪੈਲੀ ਕਿਸੇ ਦੇ। ਕੋਈ ਨਹੀਂ ਲੈ ਲਵਾਂਗੇ ਕਬਜ਼ਾ, ਆਪਣਾ ਹੀ ਰਾਜ ਆ। ਇਹ ਬੜਾ ਮੱਛਰੀ ਕੀ ਚਾਰਨਾ ਇਹਨੂੰ? ਓਏ ਤੈਨੂੰ ਪਤਾ ਜਦੋਂ ਰੋਜ਼ ਕਬਜ਼ੇ ਲੈਣੇ ਤਾਂ ਇੱਦਾਂ ਹੀ ਹੋਣਾ। ਆਈ ਵੈਲੀਆਂ ਦੇ ਹੱਥ ਦੇਸ਼ ਦੀ ਤੇ ਲਾਹੌਰੀਏ ਦੀ ਬੜੀ ਡੂੰਘੀ ਯਾਰੀ ਸੀ, ਉੱਥੇ ਹੀ ਇਹਨਾਂ ਦੀ ਯਾਰੀ ਇੱਕ ਬੰਦੇ ਨੂੰ ਬੜੀ ਰੜਕਦੀ ਸੀ। ਮਨਿੰਦਰ ਹਰ ਵੇਲੇ ਸੋਚਦਾ ਰਹਿੰਦਾ ਸੀ ਕਿ ਇਹਨਾਂ ਦੋਵਾਂ ਦੀ ਯਾਰੀ ਕਿਵੇਂ ਤੜਾਈ ਜਾਵੇ। ਤੂੰ ਮੇਰੇ ਜਿਗਰੀ ਯਾਰ ਦਾ ਭਰਾ ਆ, ਤੈਨੂੰ ਗੱਲ ਦਾ ਤਾਂ ਕਦੀ ਵੀ ਘਰੋਂ ਖਾਲੀ ਹੱਥ ਨਹੀਂ ਤੁਰਨਾ, ਖਾਸ ਤੌਰ ਤੂੰ, ਜੋ ਤੈਨੂੰ ਪਤਾ ਤੇਰੇ ਭਰਾ ਦੇ ਕਿੰਨੇ ਵੈਰ ਆ। ਗੰਡਾਸੀ ਤੇ ਵਿਖਾ ਭਲਾ। ਮਨਜਿੰਦਰ ਦੇਸ਼, ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਤੂੰ ਯਾਰ ਮਾਰ ਕਰੇਗਾ। ਵੈਰੀ ਤੇ ਉਦਾਂ ਲੱਖ ਹੀ, ਪਰ ਜਿਹੜੀ ਤੂੰ ਅੱਜ ਕਰਤੀ ਨਾ। ਗੱਲ ਤੇ ਸੁਣ, ਗੱਲ ਸੁਣ, ਹੈਪੀ ਓਏ ਮੈਂ ਜੋਨੇ ਦਾ ਭਰਾ ਮਾਰਤਾ ਜੀ। ਉਹ ਹੀ ਸੁਣ ਲੋ ਰਿਹਾ ਜਿਹੜਾ ਘੋੜੀ 'ਤੇ ਚੜਿਆ ਫਿਰਦਾ ਸੀ, ਉਹਦਾ ਭਰਾ ਜੋਗਣ ਹੈ, ਉਹਨੂੰ ਮਾਰਤਾ ਜੀ। ਮੈਂ ਤਾਂ ਇੱਕ ਕੰਮ ਹੋਰ ਵਧੀਆ ਹੋ ਗਿਆ ਜੀ, ਮੰਮਾ ਉਹਨੂੰ ਲੱਗਾ ਵੀ ਖਣੀ ਦੇਸ਼ ਨੇ ਮਾਰਿਆ ਵਾ ਉਹਨੂੰ ਜੋਬਾ ਨੂੰ। ਉਹਨਾਂ ਦੋਵਾਂ ਲੜ ਲੜ ਮਰ ਜਾਣਾ ਵਾ ਤੇ ਇੱਕ ਉਹਨਾਂ 'ਚ ਰਹਿ ਨਾ। ਬਾਕੀ ਕੰਮ ਮੇਰੇ ਛੱਡ ਦੇ, ਮੈਂ ਆਪੇ ਵੇਖ ਲੂੰ ਕੀ ਕਰਨਾ। ਕਰੇਗਾ ਕੀ ਯਾਰ, ਟਾਈਮ ਆਉਣ ਤੇ ਵੀ ਪਤਾ ਲੱਗ ਜਾਣਾ ਤੈਨੂੰ। ਠੀਕ ਆ ਭਰਾ, ਠੀਕ ਆ। ਕਿੱਥੇ ਮੇਰੇ ਤੇ ਜੋਨੇ ਦੀਆਂ ਲੋਕੀ ਯਾਰੀ ਦੀਆਂ ਮਿਸਾਲਾਂ ਦਿੰਦੇ ਹੁੰਦੇ, ਤੇ ਅੱਜ ਮੈਨੂੰ ਲੋਕੀ ਰਹਿਣਾ ਪੈਣ ਡਿਆ। ਕਿੱਥੇ ਜ਼ਮੀਨਾਂ ਦੇ ਕਬਜ਼ੇ ਲੈਣੇ ਹਨ, ਲੋਕੀ ਥੜ ਥੜ ਕੰਮ ਦੇ ਸਾਡੇ ਤੋਂ। ਕਿੱਥੇ ਮੈਂ ਘੋੜੀ ਦੇ ਪੌੜਾਂ ਦੀ ਆਵਾਜ਼ ਸੁਣ ਕੇ ਇੰਨਾ ਖੁਸ਼ ਹੋ ਜਾਂਦਾ, ਹੁਣ ਮੈਨੂੰ ਤਾਂ ਉਹ ਘੋੜੇ ਦੇ ਪੌੜਾਂ ਦੀ ਆਵਾਜ਼ ਸੁਣ ਕੇ ਡਰਨਾ ਪੈਣ ਡਿਆ। ਇਹ ਸਾਰਾ ਕੁਝ ਉਹ ਮਨਜਿੰਦਰ ਕਰਕੇ ਆ, ਛੱਡਾਂਗਾ ਨਹੀਂ ਇਹਨੂੰ ਮੈਂ, ਕੁਛ ਨਾ ਕੁਛ ਤਾਂ ਮੈਨੂੰ ਕਰਨਾ ਪਏਗਾ। ਇੱਕ ਤਾਂ ਮੇਰੇ ਵੈਰਾਂ ਨੇ ਮੈਨੂੰ ਪੰਗਾ ਪਾਇਆ, ਜਿੰਨੇ ਮੇਰੇ ਦੁਸ਼ਮਣ ਆ
ਜੇ ਮੈਂ ਮਾਸਾ ਜਿਹਾ ਵੀ ਬਾਹਰ ਨਿਕਲਿਆ ਕਿਸੇ ਨਾ ਕਿਸੇ ਨੇ ਤਾਂ ਸੂ ਲਾ ਹੀ ਦੇਣੀ, ਪਰ ਮੈਂ ਅੰਦਰ ਵੜ ਕੇ ਵੀ ਨਹੀਂ ਬਹਿ ਸਕਦਾ, ਕੁਛ ਤਾਂ ਕਰਨਾ ਪਊ ਮੈਨੂੰ ਕਰਨਾ ਪਊ। ਹੈਦੇ ਦੁਆਲੇ ਰਹੀ ਬਸ, ਤੂੰ ਇੱਥੇ ਬਹਿ ਕੇ ਲੋਕਾਂ ਨੂੰ ਡਰਾਉਣ ਜੋਗਾ ਹੀ ਆ। ਬੱਕੀ ਇੱਥੇ ਭੋਲੂ ਤੇਰੇ ਭਰਾ ਨੂੰ ਮਾਰ ਗਿਆ, ਤੂੰ ਬਸ ਇਹਦੇ ਦੁਆਲੇ ਰਹਿ। ਮੈਨੂੰ ਪਤਾ ਹੀ ਕਿੱਥੇ ਆ, ਕਿੱਥੇ ਮਿਲੂਗਾ? ਹਰਮਨ ਦੀ ਪੁਰਾਣੀ ਹੇਲੀ ਚ ਮਿਲੂਗਾ ਉਹ। ਕੋਈ ਨਾ, ਉਹਦਾ ਕੰਡਾ ਦੇ ਪੁੱਤ ਮੈਂ ਹੋ ਕੱਢੂਗਾ। ਅੱਜ ਸ਼ਾਮਾਂ ਤੱਕ ਭੋਲੂ ਨੀ ਬੰਦ। ਚੱਲ ਠੀਕ ਆ, ਚੱਲ ਆ ਰਾਣੀ। ਤੈਨੂੰ ਪੁੱਤ ਭਾਵੇਂ ਹੋਣੀ ਨਾ, ਪਰ ਜਿਹੜਾ ਤੈਨੂੰ ਤੇਰੇ ਯਾਰ ਦੇ ਹੱਥੋਂ ਮਰਵਾ ਕੇ ਮਜ਼ਾ ਆਉਣਾ, ਉਹ ਮੈਨੂੰ ਮਾਰ ਕੇ ਨਹੀਂ ਆਉਣਾ। ਤੇਰਾ ਕੰਮ ਉਹ ਕਰੂਗਾ। ਖੂਨ ਡੇ ਹੀ ਮੰਗਣ ਮੇਰੇ ਤੋਂ। ਜੂਨੇ ਤੈਨੂੰ ਪੂਰੀ ਗੱਲ ਦਾ ਨਹੀਂ ਪਤਾ? ਪੂਰੀ ਗੱਲ ਦਾ ਤੇ ਮੈਂ ਦੱਸ ਦੂੰਗਾ। ਨਹੀਂ ਪਤਾ ਤੈਨੂੰ ਲਾਹੌਰੀ ਆ, ਪੂਰੀ ਗੱਲ ਦਾ ਨਹੀਂ ਪਤਾ, ਮੇਰੀ ਬਹਿ ਕੇ ਗੱਲ। ਜਿੱਦਣ ਪੁੱਤ ਤੇਰੇ ਤੋਂ ਗੰਡਾਸੀ ਜਾਂ ਕੋਈ ਚੀਜ਼ ਹੋਈ ਨਾ, ਉਦਣ ਵੇਖੀ ਤੇਰਾ ਬਣਦਾ ਕੀ ਆ। ਅੱਜ ਤੇਰੇ ਤੋਂ ਕੋਈ ਚੀਜ਼ ਨਹੀਂ ਨਾ ਹੈਗੀ, ਇਸ ਕਰਕੇ ਛੱਡਣ ਡਿਆ। ਤੈਨੂੰ ਪੂਰੀ ਗੱਲ ਦਾ ਨਹੀਂ ਪਤਾ, ਜਦੋਂ ਤੈਨੂੰ ਪੂਰੀ ਗੱਲ ਦਾ ਪਤਾ ਲੱਗਾ।